ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਸੈਮੀ ਧਾਲੀਵਾਲ ਸਰੀ ਤੋਂ, ਤੇ ਮੈਂ ਇਹ ਵੀਡੀਓ ਬਣਾਉਣ ਲੱਗੀ ਆ ਜਗਦੀਪ ਰੰਧਾਵਾ ਦੇ ਲਈ, ਜਿਹਦੀ ਕਿ ਮੈਂ ਵੀਡੀਓ ਕੱਲ ਪਰਸੋਂ ਦੇਖੀ ਸੀਗੀ ਲਾਈਵ। ਉਹਨੇ ਹੋ ਕੇ ਕਿਹਾ, ਕਹਿੰਦਾ ਉਹਨੂੰ ਕੋਈ ਕੁੜੀ ਸਿੰਗਰ ਚਾਹੀਦੀ ਆ ਜਿਹੜੀ ਉਹਦੇ ਨਾਲ ਡੂਇਟ ਸੌਂਗ ਕਰ ਸਕੇ। ਲੈ ਵੀ ਰੰਧਾਵਾ, ਹੋ ਜਾ ਤਿਆਰ। ਹੁਣ ਮੈਂ ਆਉਣ ਲੱਗੀ ਆ ਸਰੀ ਤੋਂ, ਇੰਡੀਆ ਦੇ ਵਿੱਚ ਥੋੜੇ ਦਿਨਾਂ ਤੱਕ, ਤੇ ਬਾਕੀ ਆਉਣ ਤੋਂ ਪਹਿਲਾਂ ਮੇਰੀਆਂ ਸ਼ਰਤਾਂ ਆ। ਇੱਕ ਤਾਂ ਇਹਨੇ ਇਹ ਕਿਹਾ, ਕਹਿੰਦਾ ਜਿਹੜੀ ਕੁੜੀ ਇਹਦੇ ਨਾਲ ਸੌਂਗ ਗਾਊਗੀ, ਕਹਿੰਦਾ ਉਹਨੂੰ ਇਹ ਬਿਗ ਬੌਸ ਦੇ ਵਿੱਚ ਪਹੁੰਚਾਊਗਾ। ਜੇ ਰੰਧਾਵੇ ਮੈਨੂੰ ਬਿਗ ਬੌਸ ਦੇ ਵਿੱਚ ਨਾ ਪਹੁੰਚਾਇਆ ਨਾ, ਹਿਸਾਬ ਲਾ ਲਈ ਆਪਣਾ ਤੇਰਾ ਬਣਦਾ ਕੀ। ਤੇ ਦੂਜੀ ਗੱਲ ਇਹਨੇ ਇਹ ਵੀ ਕਿਹਾ, ਕਹਿੰਦਾ ਜਿਹੜੇ ਵੱਡੇ ਵੱਡੇ ਮਿਊਜ਼ਿਕ ਡਾਇਰੈਕਟਰ ਹੋ ਗਏ, ਵੀਡੀਓ ਡਾਇਰੈਕਟਰ ਹੋ ਗਏ ਤੇ ਰਾਈਟਰ, ਕਹਿੰਦਾ ਸਾਰੇ ਮੇਰੇ ਦੋਸਤ ਆ। ਕਹਿੰਦਾ ਰਾਈਟਰ, ਕਹਿੰਦਾ ਜਿਵੇਂ ਆਰਨੈਤ ਹੋ ਗਿਆ, ਵੀਤ ਬਲਜੀਤ ਹੋ ਗਿਆ, ਵਿੱਕੀ ਧਾਲੀਵਾਲ ਹੋ ਗਿਆ, ਹੋਰਾਂ ਦੇ ਵੀ ਕਈਆਂ ਦੇ ਨਾਂ ਲਏ ਸੀ ਇਹਨੇ। ਕਹਿੰਦਾ ਉਹ ਸਾਰੇ, ਕਹਿੰਦਾ ਮੇਰੇ ਘਰੇ, ਕਹਿੰਦਾ ਕਾਪੀਆਂ ਰੱਖ ਜਾਂਦੇ ਆ ਵੀ ਲੈ ਵੀ ਰੰਧਾਵੇ ਜਿਹੜਾ ਮਰਜ਼ੀ ਗੀਤ ਕਰ ਲਾ, ਤੇ ਆਉਂਦੀ ਉਹ ਜਿਹੜੀਆਂ ਕਾਪੀਆਂ ਤੇਰੇ ਕੋਲ ਪਈਆਂ ਨਾ ਰਾਈਟਰਾਂ ਦੀਆਂ, ਗਰਦ ਝਾੜ ਕੇ ਰੱਖ ਲਾ, ਜੇ ਤੇਰੇ ਕੋਲੋਂ ਨਾ ਨਿਕਲੀਆਂ ਤੇ ਪੈਂਦੀਆਂ ਦੇਖੀ ਫਿਰ। ਤੇ ਬਾਕੀ ਜਿਹੜੇ ਲੋਕ ਕਹਿੰਦੇ ਆ ਵੀ ਰੰਧਾਵਾ ਵਧੀਆ ਨੀ ਗਾਉਂਦਾ, ਇਹ ਸਿੰਗਰ ਨੀ, ਇਹਨੂੰ ਪੁੱਛਦੇ ਆ ਜਿਹੜੇ ਲੋਕੀ ਵੀ ਤੂੰ ਕਦੋਂ ਤੋਂ ਗਾਉਣਾ ਸ਼ੁਰੂ ਕਰਤਾ, ਵੀ ਉਹਨਾਂ ਲੋਕਾਂ ਦੀ ਬਹੁਤ ਮਾੜੀ ਗੱਲ ਆ। ਕਿੰਨਾ ਵਧੀਆ ਸਿੰਗਰ ਆ, ਕਿੰਨਾ ਸੁਰੀਲਾ ਸਿੰਗਰ ਆ, ਕਿੰਨਾ ਵਧੀਆ ਗਾ ਰਿਹਾ। ਮਾਸਟਰ ਸਲੀਮ ਹੋਰੀ ਕਿਤੇ ਬਹੁਤ ਵਧੀਆ ਗਾਉਂਦੇ ਆ, ਉਹਨਾਂ ਨੂੰ ਤਾਂ ਤੁਸੀਂ ਸਿੰਗਰ ਸਮਝਦੇ, ਤੇ ਰੰਧਾਵੇ ਨੂੰ ਤੁਸੀਂ ਕਹਿੰਦੇ ਸਿੰਗਰ ਨੀ। ਬਹੁਤ ਵਧੀਆ ਗਾ ਰਿਹਾ ਰੰਧਾਵੇ, ਤੈਨੂੰ ਦੇਖ ਕੇ ਤਾਂ ਅਸੀਂ ਗਾਉਣ ਲੱਗੇ ਆ, ਜੇ ਕਿਤੇ ਤੂੰ ਨਾ ਗਾਉਂਦਾ ਹੁੰਦਾ ਅਸੀਂ ਕਿੱਥੇ ਗਾਉਣਾ ਸੀ, ਤੈਨੂੰ ਦੇਖ ਕੇ ਤਾਂ ਅਸੀਂ ਇੰਸਪੀਰੇਸ਼ਨ ਮਿਲੀ ਆ ਸਾਨੂੰ। ਤੇ ਬਾਕੀ ਆ ਜਿਹੜੀਆਂ ਮੇਰੀਆਂ ਸ਼ਰਤਾਂ ਆ ਮੈਂ ਦੱਸਦੀਆਂ ਸਾਰੀਆਂ, ਵੀ ਮੈਂ ਆਉਣ ਲੱਗੀ ਆ ਥੋੜੇ ਦਿਨਾਂ ਤੱਕ ਸਰੀ ਤੋਂ ਇੰਡੀਆ ਰੰਧਾਵੇ ਨਾਲ ਗਾਣਾ ਕਰਨ ਦੇ ਲਈ। ਤੇ ਮੇਰੀ ਇਹ ਵੀਡੀਓ ਸ਼ੇਅਰ ਕਰ ਦਿਓ, ਗਰਦ ਉਠਾ ਦਿਓ, ਮੇਰੀ ਵੀਡੀਓ ਰੰਧਾਵੇ ਤੱਕ ਪਹੁੰਚ ਜੇ, ਤੇ ਮੈਂ ਉਹਦੇ ਰਿਪਲਾਈ ਦੀ ਵੇਟ ਕਰੂੰਗੀ, ਤੇ ਉਹ ਗਾਣੇ ਕਰਨ ਦੇ ਲਈ ਮੈਨੂੰ ਤਿਆਰ ਆ ਕਿ ਨਹੀਂ, ਤੇ ਮੈਂ ਉਹਦੇ ਨਾਲ ਸੌਂਗ ਗਾਉਣ ਦੇ ਲਈ ਤਿਆਰ ਆ। ਤੇ ਬਾਕੀ ਆ ਜਿਹੜੀਆਂ ਮੇਰੀਆਂ ਸ਼ਰਤਾਂ, ਵੀ ਜੇ ਮੈਨੂੰ ਉਹਨੇ ਬਿਗ ਬੌਸ ਦੇ ਵਿੱਚ ਨਾ ਪਹੁੰਚਾਇਆ, ਤੇ ਜੇ ਉਹਦੇ ਕੋਲ ਰਾਈਟਰਾਂ ਦੀਆਂ ਕਾਪੀਆਂ ਨਾ ਨਿਕਲੀਆਂ, ਤੇ ਉਹਨੂੰ ਮੈਂ ਆਪਣਾ ਹਿਸਾਬ ਲਾ ਲਈ ਤੇਰਾ ਬਣਦਾ ਕੀ। ਚਲੋ ਠੀਕ ਆ, ਓਕੇ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅਗੇਨ ਫਿਰ ਮੈਂ ਦੱਸਣ ਲੱਗੀ ਹਾਂ, ਸੈਮੀ ਧਾਲੀਵਾਲ ਸਰੀ ਤੋਂ ਆਉਂਦੇ। ਥੈਂਕਸ ਜੀ, ਬਾਏ।